इंग्लैंड साढ़े बहुत ही सत्कारयोग अवतार सिंह खंडा जो कि एक सिख नौजवान सी पिछले दिनों वो सिख संघर्ष के नाल संबंधित जड़े मामलों नाल जुड़िया रहा ते उहदी थोड़ी समा जड़ी की ना बीमारी तो बाद उन्हां दी मौत हो जाण तो बाद उन्हां दी जड़ी माता ते उन्हां दी जड़ी भैण आ जिहड़े कि देश हिंदू देश दे विच इंडिया विच वसदे आ उन्हां नूं उहदे संस्कार विच जाण दी इजाजत इंग्लैंड दी सरकार ने नहीं दित्ती जिहड़ी कि मैं समझदा कि एक सिख होण दे नाते असीं इस गल का विरोध भी करते हैं तो दूसरे पासे ये एक मानवीय अधिकारां दा हनन है मानवीय अधिकारां दी उलंघना है कि उस दे परिवार नूं उस बच्चे दे संस्कार विच अंतम रस्मां विच जाण जाण दे लई जिहड़ी इजाजत नहीं दित्ती जा रही सो असीं इंग्लैंड दी सरकार नूं असीं अपील करते हैं कि ये एक परिवार का एक उहदे अंतम जिहड़े समें दे रस्मां दा मामला तो इस मामले विच सरकार जिहड़ी आ ਉਹ ਖਿਆਲ ਰੱਖੇ ਅਤੇ ਖਾਸ ਤੌਰ 'ਤੇ ਜਿਹੜੀਆਂ ਵਿਦੇਸ਼ ਵਿੱਚ ਬੈਠੀਆਂ ਅਤੇ ਇੰਗਲੈਂਡ ਵਿੱਚ ਵੱਸਦੀਆਂ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਜਿਹੜੀਆਂ ਉਹ ਇਸ ਗੱਲ ਲਈ ਚਾਰਾਜੋਈ ਜ਼ਰੂਰ ਕਰ ਰਹੀਆਂ ਅਸੀਂ ਸਮਝਦੇ ਹਾਂ ਕਿ ਇਸ ਗੱਲ ਦਾ ਇੰਗਲੈਂਡ ਦੀ ਸਰਕਾਰ 'ਤੇ ਦਬਾਅ ਬਣਾਉਣ ਤਾਂ ਕਿ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਦੇ ਸਮੇਂ 'ਤੇ ਉਹਨਾਂ ਦੀ ਸਤਿਕਾਰਯੋਗ ਮਾਤਾ ਅਤੇ ਉਹਨਾਂ ਦੀ ਭੈਣ ਜਿਹੜੀ ਹੈ ਪਹੁੰਚ ਸਕੇ ਸੋ ਅਸੀਂ ਇਸ ਗੱਲ ਲਈ ਵੀ ਆਪਣੇ ਤੌਰ 'ਤੇ ਚਾਰਾਜੋਈ ਕਰਾਂਗੇ ਤਾਂ ਕਿ ਉਹ ਉਹਨਾਂ ਦੇ ਅੰਤਮ ਰਸਮ ਵਿੱਚ ਪਹੁੰਚ ਕੇ ਹਾਜ਼ਰ ਹੋ ਸਕਣ ਅਤੇ ਰਸਮਾਂ ਆਪਣੇ ਹੱਥੀਂ ਕਰ ਸਕਣ ਇੰਗਲੈਂਡ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਖੰਡਾ ਜੋ ਕਿ ਇੱਕ ਸਿੱਖ ਨੌਜਵਾਨ ਸੀ ਪਿਛਲੇ ਦਿਨਾਂ 'ਚ ਉਹ ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਜਿਹੜੇ ਮਾਮਲਿਆਂ ਨਾਲ ਜੁੜਿਆ ਰਿਹਾ ਅਤੇ ਉਹਦੀ ਥੋੜ੍ਹੀ ਸਮਾਂ ਜਿਹੜੀ ਕੀ ਨਾ ਬਿਮਾਰੀ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਉਹਨਾਂ ਦੀ ਜਿਹੜੀ ਮਾਤਾ ਅਤੇ ਉਹਨਾਂ ਦੀ ਜਿਹੜੀ ਭੈਣ ਆ ਜਿਹੜੇ ਕਿ ਦੇਸ਼ ਹਿੰਦੂ ਦੇਸ਼ ਦੇ ਵਿੱਚ ਇੰਡੀਆ ਵਿੱਚ ਵੱਸਦੇ ਆ ਉਹਨਾਂ ਨੂੰ ਉਹਦੇ ਸੰਸਕਾਰ ਵਿੱਚ ਜਾਣ ਦੀ ਇਜਾਜ਼ਤ ਇੰਗਲੈਂਡ ਦੀ ਸਰਕਾਰ ਨੇ ਨਹੀਂ ਦਿੱਤੀ ਜਿਹੜੀ ਕਿ ਮੈਂ ਸਮਝਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਇਸ ਗੱਲ ਦਾ ਵਿਰੋਧ ਵੀ ਕਰਦੇ ਹਾਂ ਅਤੇ ਦੂਸਰੇ ਪਾਸੇ ਇਹ ਇੱਕ ਮਾਨਵੀ ਅਧਿਕਾਰਾਂ ਦਾ ਹਨਨ ਹੈ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੈ ਕਿ ਉਸ ਦੇ ਪਰਿਵਾਰ ਨੂੰ ਉਸ ਬੱਚੇ ਦੇ ਸੰਸਕਾਰ ਵਿੱਚ ਅੰਤਮ ਰਸਮਾਂ ਵਿੱਚ ਜਾਣ ਦੇ ਲਈ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੋ ਅਸੀਂ ਇੰਗਲੈਂਡ ਦੀ ਸਰਕਾਰ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਹ ਇੱਕ ਪਰਿਵਾਰ ਦਾ ਇੱਕ ਉਹਦੇ ਅੰਤਮ ਜਿਹੜੇ ਸਮੇਂ ਦੇ ਰਸਮਾਂ ਦਾ ਮਾਮਲਾ ਅਤੇ ਇਸ ਮਾਮਲੇ ਵਿੱਚ ਸਰਕਾਰ ਜਿਹੜੀ ਆ ਉਹ ਖਿਆਲ ਰੱਖੇ ਅਤੇ ਖਾਸ ਤੌਰ 'ਤੇ ਜਿਹੜੀਆਂ ਵਿਦੇਸ਼ ਵਿੱਚ ਬੈਠੀਆਂ ਅਤੇ ਇੰਗਲੈਂਡ ਵਿੱਚ ਵੱਸਦੀਆਂ ਸਿੱਖ ਸੰਸਥਾਵਾਂ ਗੁਰਦੁਆਰਾ ਕਮੇਟੀਆਂ ਜਿਹੜੀਆਂ ਉਹ ਇਸ ਗੱਲ ਲਈ ਚਾਰਾਜੋਈ ਜ਼ਰੂਰ ਕਰ ਰਹੀਆਂ ਅਸੀਂ ਸਮਝਦੇ ਹਾਂ ਕਿ ਇਸ ਗੱਲ ਦਾ ਇੰਗਲੈਂਡ ਦੀ ਸਰਕਾਰ 'ਤੇ ਦਬਾਅ ਬਣਾਉਣ ਤਾਂ ਕਿ ਅਵਤਾਰ ਸਿੰਘ ਖੰਡਾ ਦੇ ਸੰਸਕਾਰ ਦੇ ਸਮੇਂ 'ਤੇ ਉਹਨਾਂ ਦੀ ਸਤਿਕਾਰਯੋਗ ਮਾਤਾ ਅਤੇ ਉਹਨਾਂ ਦੀ ਭੈਣ ਜਿਹੜੀ ਹੈ ਪਹੁੰਚ ਸਕੇ ਸੋ ਅਸੀਂ ਇਸ ਗੱਲ ਲਈ ਵੀ ਆਪਣੇ ਤੌਰ 'ਤੇ ਚਾਰਾਜੋਈ ਕਰਾਂਗੇ ਤਾਂ ਕਿ ਉਹ ਉਹਨਾਂ ਦੇ ਅੰਤਮ ਰਸਮ ਵਿੱਚ ਪਹੁੰਚ ਕੇ ਹਾਜ਼ਰ ਹੋ ਸਕਣ ਅਤੇ ਰਸਮਾਂ ਆਪਣੇ ਹੱਥੀਂ ਕਰ ਸਕਣ।